ਜੇ ਜੱਟ ਵਿਗੜ ਗਿਆ ਫਿਲਮ ਦਾ ਗੀਤ ਵਧਾਈਆਂ ਜੀ ਹੋਇਆ ਰਿਲੀਜ਼। ਜੀ ਹਾਂ, ਇਹ ਗੀਤ ਰੀਸੈਂਟਲੀ ਰਿਲੀਜ਼ ਕਰ ਦਿੱਤਾ ਗਿਆ ਹੈ ਤੇ ਦਰਸ਼ਕ ਇਸ ਗੀਤ ਨੂੰ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ। ਇਸ ਗੀਤ ਦੀ ਵੀਡੀਓ ਨੂੰ ਫਿਲਮਾਇਆ ਗਿਆ ਹੈ ਜੈ ਰੰਧਾਵਾ, ਗੁਰਦੀਪ ਗਰੇਵਾਲ ਤੇ ਅਮਨ ਸੂਤਾਰ ਤੇ। ਦੱਸ ਦਈਏ ਕਿ ਇਸ ਗੀਤ ਦੀ ਵੀਡੀਓ ਦੇ ਵਿੱਚ ਸਾਨੂੰ ਇਹ ਸਭ ਆਰਟਿਸਟ ਨਜ਼ਰ ਆ ਰਹੇ ਨੇ। ਇਸ ਗੀਤ ਦੀ ਵੀਡੀਓ ਦੇ ਵਿੱਚ ਜੈ ਰੰਧਾਵਾ ਦੀ ਸਿਸਟਰ ਦਾ ਕੈਰੇਕਟਰ ਪਲੇ ਕਰ ਰਹੇ ਗੁਰਦੀਪ ਗਰੇਵਾਲ ਦਾ ਸੀਨ ਦਿਖਾਇਆ ਗਿਆ ਕਿ ਜਦੋਂ ਉਹਨਾਂ ਦਾ ਵਿਆਹ ਰੱਖਿਆ ਹੁੰਦਾ। ਸੋ ਇਸ ਦੇ ਲਈ ਗੀਤ ਚੱਲਦਾ ਹੈ ਵਧਾਈਆਂ ਜੀ, ਜਿਸ ਨੂੰ ਆਵਾਜ਼ ਦਿੱਤੀ ਹੈ ਐਵੀ ਸਰਾ ਐਂਡ ਜੈਸਮਿਨ ਅਖਤਰ ਨੇ। ਯਾਨੀ ਕਿ ਐਵੀ ਸਰਾ ਐਂਡ ਜੈਸਮਿਨ ਅਖਤਰ ਦਾ ਇਹ ਡੁਇਟ ਗੀਤ ਹੈ ਜੋ ਕਿ ਹੈ ਜੇ ਜੱਟ ਵਿਗੜ ਗਿਆ ਫਿਲਮ ਦੇ ਵਿੱਚ, ਜਿਸ ਨੂੰ ਰੀਸੈਂਟਲੀ ਹੁਣ ਰਿਲੀਜ਼ ਕਰ ਦਿੱਤਾ ਗਿਆ। ਦਰਸ਼ਕ ਇਸ ਗੀਤ ਨੂੰ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ। ਲੋਕਾਂ ਦੇ ਵੱਲੋਂ ਇਸ ਗੀਤ ਨੂੰ ਕਾਫੀ ਜ਼ਿਆਦਾ ਐਪਰੀਸ਼ੀਏਟ ਕੀਤਾ ਜਾ ਰਿਹਾ ਹੈ ਤੇ ਇਹ ਗੀਤ ਇੱਕ ਖੁਸ਼ੀ ਨਾਲ ਭਰਿਆ ਹੋਇਆ ਗੀਤ ਹੈ ਜਿਸ ਨੂੰ ਤੁਸੀਂ ਫੰਕਸ਼ਨਸ ਤੇ ਜਾਂ ਫਿਰ ਕਿਸੇ ਪਾਰਟੀ ਤੇ ਵੀ ਚਲਾ ਸਕਦੇ ਹੋ। ਵੈਲ, ਇਸ ਗੀਤ ਨੂੰ ਲੋਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਮਿੱਠੇ ਬੋਲਾਂ ਦੀ ਗੱਲ ਕਰੀਏ ਤੇ ਹਰਮਨ ਰਾਣੀ ਤੱਤ ਦੇ ਵੱਲੋਂ ਇਸ ਗੀਤ ਦੇ ਬੋਲਾਂ ਨੂੰ ਲਿਖਿਆ ਗਿਆ ਹੈ। ਜੀ ਹਾਂ, ਹਰਮਨ ਜੋ ਕਿ ਆਪਣੀ ਰਾਈਟਿੰਗ ਲਈ ਆਪਣੇ ਸਾਫ ਸੁਥਰੇ ਬੋਲਾਂ ਦੇ ਲਈ ਫੇਮਸ ਨੇ, ਹਰਮਨ ਰਾਣੀ ਤੱਤ ਦੇ ਵੱਲੋਂ ਹੀ ਇਸ ਗੀਤ ਦੇ ਬੋਲਾਂ ਨੂੰ ਵੀ ਲਿਖਿਆ ਗਿਆ ਹੈ ਜੋ ਕਿ ਦਿਲ ਨੂੰ ਛੂਹਦੇ ਨੇ। ਵੈਲ, ਇਸ ਗੀਤ ਨੂੰ ਹੋਰ ਵੀ ਜ਼ਿਆਦਾ ਸਪੈਸ਼ਲ ਬਣਾਉਂਦਾ ਹੈ ਐਵੀ ਸਰਾਹ ਦਾ ਮਿਊਜ਼ਿਕ, ਜਿਸ ਨੇ ਕਿ ਜੇ ਜੱਟ ਵਿਗੜ ਗਿਆ ਦੇ ਸਾਰੇ ਮਿਊਜ਼ਿਕ ਨੂੰ ਹੈਂਡਲ ਕਰਨ ਦੀ ਜ਼ਿੰਮੇਦਾਰੀ ਵੀ ਸਾਂਭੀ ਹੋਈ ਹੈ। ਸੋ ਇਸ ਗੀਤ ਨੂੰ ਵੀ ਮਿਊਜ਼ਿਕ ਦਿੱਤਾ ਹੈ ਐਵੀ ਸਰਾਹ ਨੇ। ਸੋ ਇਹ ਗੀਤ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਿਹਾ। ਰੀਸੈਂਟਲੀ ਇਹ ਗੀਤ ਹੋ ਚੁੱਕਿਆ ਹੈ ਰਿਲੀਜ਼, ਜੇਕਰ ਹਾਲੇ ਤੱਕ ਨਹੀਂ ਸੁਣਿਆ ਤੇ ਜ਼ਰੂਰ ਸੁਣੋ। ਜੇ ਆਲਰੇਡੀ ਸੁਣ ਚੁੱਕੇ ਹੋ, ਕਮੈਂਟ ਕਰਕੇ ਦੱਸ ਸਕਦੇ ਹੋ ਗੀਤ ਕਿਹੋ ਜਿਹਾ ਲੱਗਿਆ। ਤੇ ਹੁਣ ਜੇਕਰ ਅਸੀਂ ਗੱਲ ਕਰੀਏ ਜੇ ਜੱਟ ਵਿਗੜ ਗਿਆ ਫਿਲਮ ਦੇ ਕ੍ਰੈਡਿਟਸ ਦੀ, ਤੇ ਇਸ ਫਿਲਮ ਦੇ ਵਿੱਚ ਸਾਨੂੰ ਨਜ਼ਰ ਆਉਣ ਵਾਲੇ ਨੇ ਜੈ ਰੰਧਾਵਾ ਮੇਨ ਲੀਡ ਪਲੇ ਕਰਦੇ ਹੋਏ, ਜੋ ਕਿ ਦਲੇਰ ਦਾ ਕਰੈਕਟਰ ਪਲੇ ਕਰਨ ਵਾਲੇ ਨੇ। ਉਹਨਾਂ ਦੇ ਅਪੋਜ਼ਿਟ ਨਜ਼ਰ ਆਉਣਗੇ ਦੀਪ ਸਹਿਗਲ, ਜੋ ਕਿ ਮੇਹਰ ਦਾ ਕਰੈਕਟਰ ਪਲੇ ਕਰ ਰਹੇ ਨੇ। ਸੋ ਦਲੇਰ ਤੇ ਮੇਹਰ ਦੀ ਜੋੜੀ ਸਾਨੂੰ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੀ ਹੈ। ਨਾਲ ਹੀ ਸਾਨੂੰ ਫਿਲਮ ਦੇ ਵਿੱਚ ਨਜ਼ਰ ਆਉਣਗੇ ਗੁਰਦੀਪ ਗਰੇਵਾਲ, ਅਮਨ ਸੂਤਾਰ, ਪਵਨ ਰਾਜ ਮਲਹੋਤਰਾ, ਚੰਨੀ ਕਲਾਕਾਰ ਤੇ ਹੋਰ ਕਈ ਸਾਰੇ ਮਜੇ ਹੋਏ ਕਲਾਕਾਰ। ਵੈਲ, ਦੱਸ ਦਈਏ ਕਿ ਇਸ ਫਿਲਮ ਦੀ ਕਹਾਣੀ ਨੂੰ ਜਨਾਰਦਨ ਮਹਾਰਿਸ਼ੀ ਦੇ ਵੱਲੋਂ ਲਿਖਿਆ ਗਿਆ ਹੈ, ਜੋ ਕਿ ਸਾਊਥ ਫਿਲਮ ਇੰਡਸਟਰੀ ਦੇ ਇੱਕ ਫੇਮਸ ਫਿਲਮ ਰਾਈਟਰ ਨੇ ਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਮਨੀਸ਼ ਭੱਟ ਦੇ ਵੱਲੋਂ, ਜੋ ਕਿ ਆਲਰੇਡੀ ਜੈ ਰੰਧਾਵਾ ਦੇ ਨਾਲ ਮੈਡਲ ਤੇ ਚੋਬਰ ਵਰਗੀਆਂ ਫਿਲਮਾਂ ਬਣਾ ਚੁੱਕੇ ਨੇ। ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਦਲਜੀਤ ਥਿੰਡ, ਯਾਨੀ ਕਿ ਥਿੰਡ ਮੋਸ਼ਨ ਫਿਲਮਸ ਇਸ ਫਿਲਮ ਨੂੰ ਪ੍ਰੈਜ਼ੈਂਟ ਕਰ ਰਹੇ ਨੇ। ਫਿਲਮ ਦੀ ਪਾਰਟੀਕੁਲਰ ਰਿਲੀਜ਼ ਡੇਟ ਮੇਕਰਸ ਦੇ ਵੱਲੋਂ ਸਾਂਝੀ ਕਰ ਦਿੱਤੀ ਗਈ ਹੈ। ਇਹ ਫਿਲਮ 17 ਮਈ 2024 ਯਾਨੀ ਕਿ ਇਸੇ ਮਹੀਨੇ 17 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਣ ਵਾਲੀ ਹੈ। ਸੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ, ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਫਿਲਮ ਨੂੰ ਵੇਖਣ ਦੇ ਲਈ ਕਿੰਨੇ ਐਕਸਾਈਟਿਡ ਹੋ, ਕਮੈਂਟ ਕਰਕੇ ਦੱਸ ਸਕਦੇ ਹੋ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ, ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।